ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ। ਇਸ ਦੇ ਨਾਲ ਹੀ ਬੱਚਿਆਂ ਦੇ ਵੱਖ ਵੱਖ ਮੁਕਾਬਲਿਆਂ ਦੀ ਲੜੀ ਵੀ ਚਲਾਈ ਜਾ ਰਹੀ ਹੈ ਤਾਂ ਜੋ ਬੱਚਿਆਂ ਨੂੰ ਗੁਰਬਾਣੀ ਗੁਰ ਇਤਿਹਾਸ ਦੇ ਨਾਲ ਜੋੜਿਆ ਜਾ ਸਕੇ। ਇਸ ਦੇ ਤਹਿਤ ਹੀ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੱਚਿਆਂ ਦੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਕਵੀਸ਼ਰੀ ਰੂਪ ਵਿੱਚ ਗੁਰੂ ਸਾਹਿਬਾਨ ਦਾ ਜਸ ਗਾਇਆ ਗਿਆ। ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਸ ਉਪਰਾਲਾ ਕਰਦਿਆਂ ਬੱਚਿਆਂ ਨੂੰ ਗੁਰਬਾਣੀ ਗੁਰਮਤਿ ਗੁਰ ਇਤਿਹਾਸ ਦੇ ਨਾਲ ਜੋੜਨ ਦੇ ਲਈ ਵੱਖ ਵੱਖ ਮੁਕਾਬਲਿਆਂ ਦਾ ਆਯੋਜਨ ਲਗਾਤਾਰ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਹੋਏ ਮੁਕਾਬਲੇ ਵਿੱਚ ਬੱਚਿਆਂ ਦੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਅਤੇ ਬੜੀ ਸੁੰਦਰ ਕਵੀਸ਼ਰੀ ਕੀਤੀ। ਇਸ ਬਾਰੇ ਹੋਰ ਜਾਣਕਾਰੀ ਦੇਣਗੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਰਦਾਰ ਗੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਹਿਬ ਸ੍ਰੀ ਗੁਰੂ ਰਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਮੰਜੀ ਸਾਹਿਬ ਵਿਖੇ ਤਕਰੀਬਨ 22 ਰੁੱਖ ਸਕੂਲਾਂ ਨੇ ਜਿਹੜਾ ਹੈਗਾ ਇੱਥੇ ਭਾਗ ਲੈਣਾ ਸੀ, ਜਿਨ੍ਹਾਂ ਵਿੱਚ 19 ਸਕੂਲਾਂ ਦੇ ਬੱਚੇ ਇੱਥੇ ਆਏ ਆ ਅਤੇ ਉਹਨਾਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਸੰਬੰਧੀ, ਗੁਰੂ ਸਾਹਿਬ ਦੇ ਜਿਹੜਾ ਜੀਵਨ ਸੰਬੰਧੀ ਬਹੁਤ ਹੀ ਉਤਸ਼ਾਹ ਨਾਲ ਕਵਿਸ਼ਰੀ ਅੱਜ ਸੁਣਾਈ ਆ ਬੱਚਿਆਂ ਨੂੰ ਅਤੇ ਇਹਨਾਂ ਬੱਚਿਆਂ ਦੀ ਬੜੀ ਚੰਗੀ ਤਰ੍ਹਾਂ ਉਹਨਾਂ ਦੇ ਅਧਿਆਪਕਾਂ ਵੱਲੋਂ ਸਕੂਲ ਕਿਰਾਏ ਕਰਵਾਈ ਗਈ ਸੀ ਅਤੇ ਇਹਨਾਂ ਨੂੰ ਬੜਾ ਮਨ ਪ੍ਰਸੰਨ ਹੁੰਦਾ ਵੇਖ ਕੇ ਵੀ ਛੋਟੇ ਛੋਟੇ ਬੱਚੇ ਆ ਅਤੇ ਹਰ ਕਲਾਸ ਦੇ ਆ, ਲੇਕਿਨ ਇਹਨਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਗੁਰੂ ਰਾਮਦਾਸ ਅਤੇ ਗੁਰਪੁਰਬ ਸੰਬੰਧੀ ਅਤੇ ਬੜੇ ਹੀ ਸੁਚੱਜੇ ਢੰਗ ਨਾਲ ਅਤੇ ਬੜੇ ਪਿਆਰ ਨਾਲ ਜੋ ਕਿ ਦਿਲ ਮੋਹਣ ਵਾਲੀਆਂ ਇਹਨਾਂ ਗੱਲਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਸੀਂ ਉਹਨਾਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਅਤੇ ਸਮੁੱਚੇ ਸਟਾਫ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰੀ ਕਰਵਾਈ ਆ ਅਤੇ ਆਪਣਾ ਸਮਾਂ ਕੱਢ ਕੇ ਇੱਥੇ ਲੈ ਕੇ ਆ। ਬੱਚਿਆਂ ਦੇ ਹੋ ਰਹੇ ਇਹਨਾਂ ਮੁਕਾਬਲਿਆਂ ਦੇ ਵਿੱਚ ਸਹੀ ਤਰੀਕੇ ਜੱਜਮੈਂਟ ਕਰਨ ਦੇ ਲਈ ਮਾਹਰਾਂ ਨੂੰ ਬੁਲਾਇਆ ਜਾਂਦਾ ਹੈ। ਅੱਜ ਹੋਏ ਕਵਿਸ਼ਰੀ ਮੁਕਾਬਲਿਆਂ ਦੇ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ ਸਰਦਾਰ ਜੋਗਾ ਸਿੰਘ ਜੀ ਭਾਗੋਵਾਲੀਆ ਕਵਿਸ਼ਰੀ। ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਬੱਚਿਆਂ ਦੀ ਜੱਜਮੈਂਟ ਕੀਤੀ ਅਤੇ ਕਿੱਦਾਂ ਉਤਸ਼ਾਹ ਬੱਚਿਆਂ ਵਿੱਚ ਵੇਖਣ ਨੂੰ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਵੀ ਕਵੀਸ਼ਰੀ ਮੁਕਾਬਲੇ ਹੋਏ ਨੇ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਹੇਠ ਇਹਨਾਂ ਮੁਕਾਬਲਿਆਂ ਵਿੱਚ ਬਹੁਤ ਸਾਰੀਆਂ ਟੀਮਾਂ ਨੇ ਭਾਗ ਲਿਆ ਔਰ ਬਤੌਰੇ ਜੱਜਮੈਂਟ ਸਾਨੂੰ ਕਰਨ ਦਾ ਸਮਾਂ ਮਿਲਿਆ। ਗਿਆਨੀ ਸੁੱਚਾ ਸਿੰਘ ਜੀ ਡੇਰਾ ਪਠਾਣਾ ਔਰ ਦਾਸ ਭਾਈ ਜੋਗਾ ਸਿੰਘ ਭਾਗੋਵਾਲੀ ਆ। ਜੱਜਮੈਂਟ ਕਰਦਿਆਂ ਜੋ ਅਸੀਂ ਅਨੁਭਵ ਕੀਤਾ ਹੈ ਉਹ ਇਹ ਹੈ ਕਿ ਬੱਚਿਆਂ ਦੇ ਅੰਦਰ ਜਮਾਂਦਰੂ ਗੁਣ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਹੋਰਨਾਂ ਨਾਲੋਂ ਵੱਖ ਕਰਦੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਇਹਨਾਂ ਬੱਚਿਆਂ ਦੇ ਗੁਣਾਂ ਨੂੰ ਉਭਾਰਨ ਵਾਸਤੇ ਇੱਕ ਮੰਚ ਪ੍ਰਦਾਨ ਕੀਤਾ ਹੈ, ਕਿਉਂਕਿ ਜਿੰਨਾ ਚਿਰ ਕਿਸੇ ਕਲਾ ਨੂੰ ਮੰਚ ਨਹੀਂ ਮਿਲਦਾ ਉਹ ਕਲਾ ਵਿਕਾਸ ਨਹੀਂ ਕਰ ਸਕਦੀ ਔਰ ਇਹ ਜਿਹੜੇ ਬੱਚੇ ਤਿਆਰ ਕੀਤੇ ਨੇ ਉਹਨਾਂ ਦੇ ਉਸਤਾਦ ਸਾਹਿਬ ਜਾਂ ਪੇਰੈਂਟ ਸਾਹਿਬ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਮੁਕਾਬਲੇ ਕੇਵਲ ਇਨਾਮ ਪ੍ਰਾਪਤ ਕਰਨ ਵਾਸਤੇ ਨਹੀਂ ਹੁੰਦੇ, ਮੁਕਾਬਲੇ ਵਿੱਚ ਹਿੱਸਾ ਲੈਣਾ ਹੀ ਸਭ ਤੋਂ ਵੱਡਾ ਇਨਾਮ ਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਵੱਡਾ ਸ਼ਲਾਘਾਯੋਗ ਕਦਮ ਜਿਹੜਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਚੁੱਕਿਆ ਗਿਆ। ਅੱਜ ਦੇ ਵਿਸ਼ੇਸ਼ ਕਵੀਸ਼ਰੀ ਮੁਕਾਬਲੇ ਵਿੱਚ 18 ਟੀਮਾਂ ਨੇ ਭਾਗ ਲਿਆ, ਬੜੀ ਸਿੱਧਤ ਨਾਲ, ਬੜੀ ਮੁਹੱਬਤ ਨਾਲ, ਬੜੀ ਲਗਾਓ ਨਾਲ ਸਾਰੀਆਂ ਟੀਮਾਂ ਨੇ ਕਵੀਸ਼ਰੀ ਕਲਾ ਦਾ ਪ੍ਰਦਰਸ਼ਨ ਜਿਹੜਾ ਉਹ ਕੀਤਾ। ਮੈਂ ਤੁਹਾਡੇ ਮਾਧਿਅਮ ਰਾਹੀਂ ਸਮੂਹ ਸਿੱਖ ਜਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੀਦਾ, ਆਪਣੇ ਬੱਚਿਆਂ ਨੂੰ ਇਸ ਬੰਨੇ ਲਾਉਣਾ ਚਾਹੀਦਾ। ਸੋ ਸਾਡੇ ਚੈਨਲ ਦੇ ਨਾਲ ਜਿੰਨੇ ਵੀ ਤੁਸੀਂ ਜੁੜੇ ਹੋ ਤੁਹਾਨੂੰ ਵੀ ਸਾਰਿਆਂ ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ। ਸੋ ਅੱਜ ਦਾ ਰਿਜ਼ਲਟ ਜਿਹੜਾ ਪਹਿਲਾ, ਦੂਜਾ, ਤੀਜਾ, ਅਤੇ ਮੈਂ ਵੇਖ ਰਿਹਾ ਸੀ ਜੱਜ ਸਾਹਿਬਾਨ ਨੇ ਕੀ ਕੀਤਾ ਕਿ ਦੋ ਦੋ ਨੰਬਰ, ਦੋ ਟੀਮਾਂ ਇੱਕ ਸਥਾਨ 'ਤੇ ਪਹੁੰਚ ਗਈਆਂ ਨੇ। ਸੋ ਪਹਿਲੇ ਸਥਾਨ 'ਤੇ ਇੱਕ ਟੀਮ ਕੱਢੀ ਹੈ ਅਤੇ ਦੂਜੇ ਸਥਾਨ 'ਤੇ ਦੋ ਟੀਮਾਂ, ਤੀਜੇ ਸਥਾਨ 'ਤੇ ਵੀ ਦੋ ਟੀਮਾਂ ਅਸੀਂ ਕੱਢੀਆਂ ਨੇ। ਸੋ ਹੁਣ ਜਿਹੜੀਆਂ ਤੀਜੇ ਨੰਬਰ 'ਤੇ ਜਿਹੜੀਆਂ ਟੀਮਾਂ ਆਈਆਂ ਨੇ ਉਹਦਾ ਨਾਮ ਬੋਲਣ ਲੱਗਾ। ਤੀਜੇ ਸਥਾਨ ਦੇ ਉੱਤੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਛਾਟਾ ਸਾਹਿਬ ਦੇ ਵਿਦਿਆਰਥੀ ਜਿਹੜੀ ਆ ਇਹ ਤੀਜੇ ਸਥਾਨ 'ਤੇ ਟੀਮ ਆਈ ਹੈ ਅਤੇ ਤੀਜੇ ਸਥਾਨ 'ਤੇ ਇੱਕ ਹੋਰ ਟੀਮ ਆਈ ਹੈ ਸਾਹਿਬਜ਼ਾਦਾ ਫਤਿਹ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ, ਇਹ ਵੀ ਟੀਮ ਜਿਹੜੀ ਹੈ। ਸਤਿ ਸ਼੍ਰੀ ਅਕਾਲ।
यह भी टीम जी तीजे स्थान पर आई है। दूसरे स्थान पर फिर दो टीम आई ने श्री गुरु रामदास सीनियर सैकेंडरी स्कूल रामसर रोड अमृतसर। सत श्री अकाल। इन्हां दे नाल दूजे स्थान के उत्ते एक होर टीम आई है श्री गुरु हर कृष्ण सीनियर सैकेंडरी पब्लिक स्कूल सुल्तानमंड लिंक रोड। यह भी जी टीम जी दूजे स्थान पर आई है। सो पहले स्थान के उत्ते जी टीम आई है वह खालसा कॉलेज गर्ल्स सीनियर सैकेंडरी स्कूल श्री अमृतसर के विद्यार्थी। ये टीम जी पहले स्थान पर आई है। तो हौसला वधाओ जिहड़े नाम दिए गए ने एक विशेष सन्मानित किया गया जिन्हां दी अखां नहीं सन पर अखां वालियां नूं उह इन्ना वधिया सुना के गए ने ते सारे आशक शिकार उठे ने। बीबी भानी कन्या नेत्रहीन विद्यालय सन साहब रोड तो विद्यार्थी ने इन्हां नूं विशेष इनाम दिता जाना आ। सो जिहड़े हौसला वधाऊ ने वह लगभग तीन टीम साढ़े पास ने श्री गुरु तेग बहादुर खालसा कॉलेज बाबा बकाला की टीम, आर डी खोसला कॉलेज बटियाला कॉलेज बटाला डी ए वी मॉडल सीनियर सैकेंडरी स्कूल ये बटाला तो ने। एक तीसरी टीम है मॉडर्न हाई स्कूल माता कौला मार्ग दीमाल अमृतसर। इतों की टीम जी हौसला वधाऊ दे विच आई है। सो समुचा अज का मुकाबला गुरु साहब की गुरु रामदास महाराज की कृपा सदका बहुत सोहने तरीके दे नाल होया।